फेस पे जूम मत करो सर, कैमरा से ਹਾਂਜੀ, ਅਸੀਂ ਇਹ ਦੋ ਮੁਕੱਦਮੇ ਦਰਜ ਕੀਤੇ ਨੇ, ਜੋ 212 ਨੰਬਰ ਅਤੇ 214 ਨੰਬਰ, ਜਿਸ ਵਿੱਚ ਇੱਥੇ ਚੋਰੀ ਚੁੱਕ ਕੇ ਸਪਾ ਸੈਂਟਰ ਚੱਲਦੇ ਸੀ, ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਅਤੇ ਉਹਨਾਂ ਨੂੰ ਬੇਲਾ ਫਲੱਸਾ ਕੇ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ, ਕਮਿਸ਼ਨ ਵੀ ਦਿੰਦੇ ਸੀ, ਅਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ, ਅਤੇ ਇਹ ਦੇਹ ਵਪਾਰ ਦਾ ਧੰਦਾ ਚੱਲਦਾ ਸੀ, ਜਿਸ ਸੰਬੰਧੀ ਅਸੀਂ ਰੇਡਾਂ ਕੀਤੀਆਂ, ਜਿਸ ਸੰਬੰਧੀ ਅਸੀਂ ਦੋ ਪਰਚੇ ਦਰਜ ਕੀਤੇ ਨੇ, 212 ਨੰਬਰ ਅਤੇ 214 ਨੰਬਰ, ਇਹਦੇ 'ਚ ਅਸੀਂ ਟੋਟਲ 11 ਗ੍ਰਿਫਤਾਰੀਆਂ ਪਾਈਆਂ ਨੇ ਅਤੇ ਸਾਡੇ ਕੋਲ ਰਿਮਾਂਡ 'ਤੇ ਨੇ, ਹਜੇ ਹੋਰ ਵੀ ਪਤਾ ਲਗਾ ਰਹੇ ਹਾਂ ਅਤੇ ਕਿੱਡਾ ਕੁ ਵੱਡਾ ਸਕੈਂਡਲ ਹੈ, ਜਿੱਥੋਂ ਅਸੀਂ ਸਾਰਾ ਕੁਛ ਪਤਾ ਕਰਾ ਕੇ ਅਗਲੀ ਕਾਰਵਾਈ ਅਮਲ 'ਚ ਲਿਆਉਂਦੇ ਹਾਂ। ਅਤੇ ਸਰ, ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਛ ਪਤਾ? ਇੱਕ ਹਰਗੋਬਿੰਦ ਨਗਰ ਹੈ ਜੀ, ਇੱਕ ਇੱਥੇ ਪੁਰਾਣੀ ਸਬਜ਼ੀ ਮੰਡੀ ਸੀ। ਫੇਸ ਪੇ ਜੂਮ ਮਤ ਕਰੋ ਸਰ, ਕੈਮਰਾ ਤੋੜ ਦੂੰਗੀ।